ਕਰੋਨਾ ਵਾਇਰਸ ਨੇ ਜਿੱਥੇ ਸਮੁੱਚੀ ਮਨੁੱਖਤਾ ਦੇ ਸਾਹ ਸੁਕਾ ਕੇ ਰੱਖੇ ਹੋਏ ਹਨ, ਉੱਥੇ ਕਰਿਆਨਾ ਹੋਲਸੇਲ ਡੀਲਰ ਕੋਟਕਪੁਰਾ ਦੇ ਸੁਮਿਤ ਟ੍ਰੇਡਿੰਗ ਕੰਪਨੀ ਵੱਲੋਂ ਪਾਸ ਹੋਲਡਰਾਂ ਨੂੰ ਖੰਡ, ਗੁੜ, ਘਿਓ, ਤੇਲ ਦਿੱਤਾ ਜਾ ਰਿਹਾ ਹੈ ਅਤੇ ਇਹਨਾਂ ਆਪਣੇ ਡੀਲਰਾਂ ਨੂੰ ਇਸ ਮਹਾਂਮਾਰੀ ਕਰੋਨਾ ਵਾਇਰਸ ਤੋਂ ਬਚਾਉਣ ਲਈ ਦੂਰੀ ਬਣਾ ਕੇ ਰੱਖਣ ਲਈ ਸਰਕਲ ਬਣਾਏ ਹੋਏ ਹਨ ਅਤੇ ਸੈਨੇਟਾਈਜ਼ਰ ਨਾਲ ਹੱਥ ਵੀ ਸਾਫ਼ ਕਰਵਾਏ ਜਾ ਰਹੇ ਹਨ। ਕਰਿਆਨਾ ਦੁਕਾਨਦਾਰ ਲਾਈਨਵਾਰ ਸਮਾਨ ਖਰੀਦ ਰਹੇ ਹਨ। ਇਹ ਉਪਰਾਲਾ ਸ਼ਲਾਘਾਯੋਗ ਹੈ ਜਿੱਥੇ ਥੋਕ ਵਿੱਚ ਗੁੜ, ਖੰਡ, ਮਾਰਕੀਟ ਦੇ ਹੋਰ ਵੀ ਦੁਕਾਨਦਾਰ ਸਮਾਨ ਦੇ ਰਹੇ ਹਨ। ਉੱਥੇ ਜਲਾਲਿਆਣਾ, ਮਚਾਕੀ, ਦੁਆਰਿਆਣਾ, ਟੈਪਈ ਆਦਿ ਪਿੰਡਾਂ ਦੇ ਸੇਵਾਦਾਰ ਲੰਗਰ ਵਾਸਤੇ ਪਿੰਡ ਦੇ ਪੰਚ ਨੂੰ ਨਾਲ ਲਿਆ ਕੇ ਸਮਾਨ ਲੈ ਕੇ ਜਾ ਰਹੇ ਹਨ। ਇੱਥੇ ਕੁਝ ਥੋਕ ਡੀਲਰ ਅਜਿਹੇ ਵੀ ਹਨ ਜਿਨ੍ਹਾਂ ਦੇ ਪਾਸ ਨਹੀਂ ਬਣਾਏ ਗਏ ਅਤੇ ਉਹਨਾਂ ਵਿੱਚ ਨਿਰਾਸ਼ਤਾ ਜ਼ਰੂਰ ਪਾਈ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਵੇ ਕਿ ਜਿਨ੍ਹਾਂ ਥੋਕ ਡੀਲਰਾਂ ਦੇ ਪਾਸ ਨਹੀਂ ਬਣੇ ਉਹਨਾਂ ਦੇ ਵੀ ਪਾਸ ਬਣਾਏ ਜਾਣ ਤਾਂ ਕਿ ਕਿਸੇ ਨਾਲ ਪੱਖਪਾਤ ਨਾ ਹੋ ਸਕੇ। ਇਹ ਵਾਰੀ ਸਿਰ ਥੋਕ ਡੀਲਰ ਲੋਕਾਂ ਨੂੰ ਸਮਾਨ ਦੇ ਸਕਣ। ਆਓ ਤੁਹਾਨੂੰ ਦਿਖਾਉਂਦੇ ਹਾਂ ਕੋਟਕਪੁਰਾ ਦੀ ਖੰਡ ਗੁੜ ਦੀ ਥੋਕ ਮਾਰਕੀਟ ਦੇ ਕੁਝ ਦ੍ਰਿਸ਼। ਨਮਸਕਾਰ ਜੀ, ਕੀ ਨਾਂ ਸਰ ਤੁਹਾਡਾ? ਸੁਮਿਤ ਕੁਮਾਰ। ਫਰਮ ਦਾ ਨਾਂ ਕੀ ਆ? ਸੁਮਿਤ ਟ੍ਰੇਡਰ ਜੀ। ਮੇਰੇ ਤੁਹਾਡਾ ਪਾਸ ਬਣਿਆ ਹੋਇਆ? ਹਾਂਜੀ। ਸੁਮਿਤ ਕੁਮਾਰ ਹੋਲਸੇਲ ਡੀਲਰ? ਹੋਲਸੇਲ, ਹੋਲਸੇਲ ਜੀ। ਕਰਿਆਨਾ ਜੀ? ਕਰਿਆਨਾ ਜੀ। ਸੁਬਹਾ ਕਿੰਨੇ ਵਜੇ ਦੁਕਾਨ ਖੋਲੀ ਹੋਈ ਫਿਰ ਸਮਾਨ ਦੇ? ਭਾਈ ਸਾਨੂੰ SDM ਸਾਹਿਬ ਨੇ 4 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਹੁਕਮ ਦਿੱਤਾ ਜੀ। 4 ਤੋਂ 12 ਤੱਕ? ਹਾਂਜੀ। ਕਸਟਮਰ ਕਿੰਨੇ ਕੁ ਆ ਰਹੇ ਆ? ਕਸਟਮਰ ਜੀ ਪਿੰਡਾਂ ਦੇ ਵਿੱਚੋਂ, ਲੋਕਲ ਸ਼ਹਿਰ ਦੇ ਵਿੱਚੋਂ ਆ ਹੀ ਰਹੇ ਜੀ। ਸਟੈਪ ਬਾਈ ਸਟੈਪ ਕਰਕੇ, ਦੋ ਕਰਕੇ, ਇੱਕ ਕਰਕੇ ਆ ਰਹੇ। ਪਾਸਾਂ ਵਾਲੇ ਆ ਰਹੇ ਕਿ ਦੂਜੇ ਆ ਰਹੇ ਆ? ਆ ਸਾਰੇ ਰਹੇ, ਪਰ ਦੇ ਮਾਲ ਉਸਨੂੰ ਰਹੇ ਜਿਹਨਾਂ ਕੋਲ ਪਾਸ ਹੈ। ਜਿਹਨਾਂ ਕੋਲ? ਬਹੁਤ ਵਧੀਆ, ਤੁਸੀਂ ਇੰਤਜ਼ਾਮ ਕੀਤਾ, ਸਰਕਲ ਬਣਾਏ ਹੋਏ ਨੇ। ਜੀ ਕਿੱਥੇ ਜਾ ਰਿਹਾ ਟੈਂਪੂ? ਕਿੱਥੇ ਜਾ ਰਿਹਾ ਟੈਂਪੂ ਇਹ? ਹਾਂਜੀ, ਪਿੰਡਾਂ 'ਚ ਕਿੱਤਾ ਵੰਡ ਰਹੇ ਲੰਗਰ ਵਾਸਤੇ। ਪਿੰਡਾਂ 'ਚ ਲੰਗਰ ਵਾਸਤੇ? ਹਾਂਜੀ। ਕਿਹੜੇ ਪਿੰਡ ਤੋਂ? ਮਚਾਕੀ, ਦੁਆਰਿਆਂ ਨਾਲ, ਜਲਾਲਿਆਂ ਨਾਲ ਜੀ। 3 ਪਿੰਡਾਂ 'ਚ? ਹਾਂਜੀ। ਇਹ ਸਮਾਨ ਕੀ ਇਹਦੇ 'ਚ? ਖੰਡ ਹੈ ਜੀ। ਇਹ ਸਮਾਨ ਖੰਡ, ਘਿਓ, ਜੂਰੀ ਵਾਸਤੇ, ਇਹ ਲੰਗਰ ਵਾਸਤੇ ਲੈ ਕੇ ਚੱਲੇ? ਹਾਂਜੀ, ਲੰਗਰ ਪਿੰਡਾਂ 'ਚ। 3 ਪਿੰਡਾਂ ਵਾਸਤੇ ਲੋੜ ਹੈ? ਹਾਂਜੀ ਹਾਂਜੀ। ਇਹ ਫਰਮ ਕਿਹਨਾਂ ਦੀ ਹੈ? ਇਹ ਗੁਪਤਾ ਟ੍ਰੇਡਰਸ। ਕਿੰਨੇ ਗੱਟੇ ਜਾ ਰਹੇ ਆ? ਕਿੰਨੇ ਗੱਟੇ ਜਾ ਰਹੇ ਆ? ਸਾਰੇ ਜੀ 5 ਗੱਟੇ ਦੁਆਰੇ ਨੇ ਜਾ ਰਹੇ ਜੀ। 5 ਗੱਟੇ ਮਾਲੀ,
ਲੰਗਰ ਵਾਸਤੇ ਸਮਾਨ ਹੈ ਸਾਰਾ, ਪਾਸ ਅਲਾਊਡ ਕੀਤਾ ਹੋਇਆ, ਤੁਹਾਨੂੰ ਪਾਸ ਮਿਲਿਆ ਹੋਇਆ ਹੈਗਾ, ਦਿਖਾਓਗੇ? ਤੁਹਾਡਾ ਮੋਬਾਈਲ ਨੰਬਰ ਹੈ? ਮੋਬਾਈਲ ਯਾਦ ਹੈ ਨੰਬਰ ਵਟਸਐਪ ਦਾ? ਹਾਂਜੀ ਹਾਂਜੀ। ਕਿੰਨਾ? 9843947। ਲੰਗਰ ਸਮਾਨ, ਲੰਗਰ ਲੰਗਰ ਲੰਗਰ। ਹਾਂਜੀ ਬਾਈ ਜੀ, ਪਿੰਡਾਂ ਤੋਂ ਆਏ ਤੁਸੀਂ? ਜਿਹੜਾ ਸਮਾਨ ਹੈ ਤੁਹਾਨੂੰ ਕੰਟਰੋਲ ਰੇਟ 'ਤੇ ਮਿਲੀ ਜਾਂਦਾ ਇੱਥੇ? ਕੰਟਰੋਲ ਰੇਟ 'ਤੇ। ਕਿਹੜਾ ਪਿੰਡ? ਪਿੰਡ ਸੁਹਾਗ। ਸੁਹਾਗ ਪਿੰਡ ਤੋਂ ਆਏ ਹੋ? ਹਾਂਜੀ। ਨੰਬਰ ਤੁਹਾਡਾ ਮੋਬਾਈਲ ਦਾ ਕਿੰਨਾ? 9863612। ਕਾਹਦੇ ਦੁਕਾਨਦਾਰ ਹੋ? ਅਸੀਂ ਕਰਿਆਨੇ। ਕਰਿਆਨਾ ਸੁਹਾਗ ਪਿੰਡ ਤੋਂ ਬਾਈ ਜੀ ਨਾਲ ਹੀ ਹੈ? ਹਾਂਜੀ। ਕੀ ਨਾਮ ਬਾਈ ਜੀ ਤੁਹਾਡਾ? ਹਾਂਜੀ। ਕੀ ਨਾਮ ਤੁਹਾਡਾ? ਜਗਜੀਤ ਸਿੰਘ। ਸਮਾਗ ਤੁਸੀਂ ਆਏ ਹੋ? ਅਤੇ ਕਰਿਆਨੇ ਦੁਕਾਨ ਹੈ ਜੀ? ਅੱਛਾ, ਨਾਲ ਆਏ। ਸਮਾਨ ਕੰਟਰੋਲ ਰੇਟ 'ਤੇ ਮਿਲ ਰਿਹਾ? ਕੰਟਰੋਲ ਰੇਟ 'ਤੇ ਆ। ਇਹ ਹੁਣ ਆਪੇ ਹੋ ਜਾਣ ਗਏ, ਪਤਾ ਹੋਣਾ ਚਾਹੀਦਾ ਲੋਕਾਂ ਨੂੰ ਆਪੇ ਹੀ ਯਾਰ। ਵੀਰੇ ਕੀ ਹਾਲ ਹੈ? ਜਿਹੜਾ ਸਮਾਨ ਕੰਟਰੋਲ ਰੇਟ ਹੀ ਮਿਲ ਰਿਹਾ, ਕੋਈ ਫਰਕ ਤਾਂ ਨਹੀਂ ਪੈ ਰਿਹਾ? ਕੀ ਰੇਟ ਕੀ ਲੈ ਕੇ ਚੱਲੇ ਹੋ? ਖਾਣ ਦਾ ਕੀ ਰੇਟ ਮਿਲਿਆ ਤੁਹਾਨੂੰ? 1850 ਰੁਪਏ। ਕਿਹੜੀ? ਅਖਬਾਰਾਂ ਵੇਚੀ ਜਾਂਦੇ ਹੋ? ਹਾਂਜੀ ਹਾਂਜੀ। ਤੁਹਾਨੂੰ ਕਿੰਨਾ ਕੁ ਫਰਕ ਪਿਆ ਇਸ ਕਾਫੀ ਦਿਨ ਅਖਬਾਰਾਂ ਦਾ? ਸਾਰੀ ਸਪਲਾਈ ਹੈ ਇਕੱਲੀ, 70% ਬੰਦ ਹੈ। 70% ਸਪਲਾਈ ਖਤਮ ਹੋ ਗਈ? ਹਾਂਜੀ, ਕੈਸ਼ ਸੇਲ ਖਤਮ ਹੈ। ਹਾਂ ਹਾਂ, ਲਾਨ ਨਹੀਂ ਦਿੰਦੇ, ਦੁਕਾਨਾਂ ਬੰਦ ਹੈ। ਹਾਂ, 10-15 ਮਿੰਟ ਵਾਸਤੇ ਵੱਧ ਤੋਂ ਵੱਧ ਸਾਡੇ ਕੋਲ ਜਿਹੜਾ ਟਾਈਮ ਹੈਗਾ ਕਾਊਂਟਰ 'ਤੇ ਬੈਠੇ ਹਾਂ, ਹੁਣੇ ਆ ਜਾਣੀ ਸਕਿਉਰਟੀ 'ਤੇ ਸਾਨੂੰ ਜਿਹੜਾ ਉਹਨਾਂ ਨੇ ਜ਼ਬਰਦਸਤੀ ਪਜਾ ਦੇਣਾ। ਮਤਲਬ ਕਿ ਤੁਹਾਨੂੰ ਵੀ ਕਹਿ ਰਹੇ ਤੁਸੀਂ ਜਾਓ? ਹਾਂਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਜਤਿੰਦਰ ਸ਼ਰਮਾ, ਸ਼ਰਮਾ ਦੀ ਏਜੰਸੀ ਕੋਟਪੁਰਾ, ਰੇਲਵੇ ਸਟੇਸ਼ਨ ਕੋਟਕਪੁਰਾ। ਓਕੇ। CCP ਨਿਊਜ਼ ਤੋਂ ਉਪਿੰਦਰ ਨਰੂਲਾ ਦੀ ਰਿਪੋਰਟ।